ਸਤਿ ਨਾਮੁ ਹੋਵਾ ਹੈ ਗੁਰੂ ਸਾਹਿਬ ਜੀਓ ਆਰਾਮ ਕਲੀ ਮਹਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤੀ ਪਾਲ ਰਹੀ ਕਾਰਨ ਕਰਨ ਕਰੀਮ ਸਰਬ ਪ੍ਰਤੀ ਪਾਲ ਰਹੀ ਅੱਲਾ ਹਾਲਖੇ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਹੂੰ ਨਮੋ ਭਗਵੰਤ ਗੁਸਾਈ ਖਾਲਕ ਰਬ ਰਹਾ ਸਰਬ ਠਾਈ ਰਹਾ ਜਗਨਨਾਥ ਜਗ ਜੀਵਨ ਮਾਧੋ ਭਉ ਪੰਜਨ ਰਿਧ ਮਾਹੇ ਆਰਾਧੋ ਰਿਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਨ ਮਿਹਰਵਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸ਼ੇਖ ਦਿਲਾਂ ਕਾ ਮਾਲਕ ਕਰੇ ਹਾਕ ਕੁਰਾਨ ਕਤੇਬ ਤੇ ਪਾਕ ਨਾਰਾਇਣ ਨਰ ਹਰਦਿਆਲ ਰਮਤ ਰਾਮ ਖਟ ਖਟ ਆਧਾਰ ਬਾਸਦੇਵ ਬਸਤ ਸਭ ਠਾਂਏ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਸਿਰਜਨ ਹਾਰ ਕਹੋ ਨਾਨਕ ਗੁਰ ਖੋਏ ਪਰਮ ਇਕੋ ਅੱਲਾ ਪਾਰ ਬ੍ਰਹਮ ਕਹੋ ਨਾਨਕ ਗੁਰਖੋਏ ਪਰਮ ਏਕੋ ਅੱਲਾ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਦੇ ਦੀਵਾਨ ਅਸੀਂ ਮੰਨ ਰਹੇ ਹਾਂ ਸਮਾ ਗੁਰਬਾਣੀ ਵਿਆਖਿਆ ਦਾ ਹੈ ਲੜੀਵਾਰ ਜੋ ਗੁਰੂ ਵਿਆਖਿਆਾਂ ਚੱਲ ਰਿਹਾ ਹੈ ਗੁਰੂ ਉਪਦੇਸ਼ ਵਿਆਖਿਆਾਂ ਉਸ ਵਿੱਚ ਰਾਮਕਲੀ ਰਾਗ ਦੇ ਸ਼ਬਦ ਅਸੀਂ ਵਿਚਾਰ ਰਹੇ ਹਾਂ ਗੁਰੂ ਅਰਜਨ ਸਾਹਿਬ ਇਹਨਾਂ ਬਚਨਾਂ ਨੂੰ ਉਚਰਿਤ ਕਰਦੇ ਨੇ ਜੋ ਸ਼ਬਦ ਆਪਨੇ ਸਰਵਨ ਕੀਤਾ ਬੀਤੇ ਕੱਲ ਇਸ ਪਾਵਨ ਗੁਰਵਾਕ ਦੀ ਤਕਰੀਰ ਸ਼ੁਰੂਆਤ ਕੀਤੀ ਸੀ ਅੱਜ ਇਸ ਪਾਵਨ ਬਚਨ ਨੂੰ ਸਮੁੱਚੇ ਰੂਪ ਵਿੱਚ ਵਿਚਾਰਾਂਗੇ ਕਿਉਂਕਿ ਬੀਤੇ ਚ ਅਸੀਂ ਸਿਰਫ ਰਹਾਉ ਦਾ ਬੰਦ ਤੇ ਕੁਝ ਸ਼ੁਰੂਆਤੀ ਪਹਿਲੀ ਪੰਕਤੀ ਤੇ ਬਾਤ ਹੋ ਰਹੀ ਸੀ ਜਿੱਥੇ ਬਾਤ ਬੀਤੇ ਕੱਲ ਕਨਕਲੂਡ ਕੀਤੀ ਸੀਗੀ ਡੈਫੀਨਿਟਲੀ ਵੀ ਵਿਲ ਸਟਾਰਟ ਫਰਮ ਥੇਰ ਬਟ ਦ ਸੇਮ ਟਾਈਮ ਵੀ ਵਿਲ ਟ੍ਰਾਈ ਟੂ ਐਚਲੀ ਗ੍ਰੈਬ the main message which is coming in rahas such the lines of jada main sneha da band ya vachan si om namo bhagvant gusai akal purakh wahguru omni present ya tatta sab de vich maujood ya gusai tarati nu saaj ke us samne wala hai e naam ਵਖਰੇ ਵਖਰੇ ਮਜਹਬ ਵਖਰੇ ਵਖਰੇ ਮਤਮਤਾਨ ਦੇ ਲੋਕ ਆਪੋ ਆਪਣੇ ਢੰਗ ਨਾਲ ਯੂਜ਼ ਕਰਦੇ ਨੇ ਬਾਬਾ ਜੀ ਨੇ ਉਹਨਾਂ ਸਾਰਿਆਂ ਦਾ ਇਸਤੇਮਾਲ ਕੀਤਾ ਤੇ ਸਾਨੂੰ ਦਰਸਾਇਆ ਜਿਹਦਾ ਨਾਮ ਲੈ ਰਹੇ ਹਾਂ ਉਸ ਨਾਮ ਨੂੰ ਹੀ ਸਮਝ ਇਹ ਹੀ ਬੰਦੇ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਕਹ ਸਪੋਜ਼ਿਟੇ ਓਮ ਨਮੋ ਜਿਵੇਂ ਓਮ ਨਮੋ ਕਹਤਾ ਜਾਂਦਾ ਹੈ ਜੇ ਮੈਂ ਉਸ ਟਰਮਨੋਲੋਜੀ ਨੂੰ ਪੜ ਰਿਹਾ ਫਿਰ ਦ ਸੇਮ ਟਾਈਮ ਮੈਂ ਉਹਦੇ ਭਾਵ ਨੂੰ ਅੰਡਰਸਟੈਂਡ ਨਹੀਂ ਕਰ پا ਰਿਹਾ ਮੈਂ ਕਹਿ ਰਿਹਾ ਖੁਦਾ ਅੱਲਾਹ ਇਹ ਬਚਨ ਸਾਰੇ ਆਉਣਗੇ ਦੇ ਵਿੱਚ ਤੇ ਫਿਰ ਉਹਦੇ ਨਾਂ ਤੇ ਮਨੁੱਖਾਂ ਨਾਲ ਵਿਤਕਰਾ ਕਰਦਾ ਝਗੜਦਾ ਨਫ਼ਰਤ ਕਰਦਾ ਇੱਕ ਅਜੀਬ ਤਰ੍ਹਾਂ ਦੀ ਧਾਰਮਿਕ ਪ੍ਰਵਿਰਤੀ ਚ ਇੱਕ ਕਲਟ ਨੂੰ ਕੈਰੀ ਕਰਕੇ ਤੁਰਦਾ ਹਾਂ ਬਾਬਾ ਜੀ ਕਹਿੰਦੇ ਬੰਦੇ ਕਿੰਨੀ ਲਿਟਰੇਸ਼ਨ ਹੈ ਤੇਰੇ ਵਿੱਚ ਕਿੰਨੀ ਅਮੂੜਤਾ ਆ ਆ ਬਚਨ ਬਾਬਾ ਜੀ ਬਿਆਨ ਸਮਝਾ ਰਹੇ ਨੇ ਅਧਿਆਤਮਿਕ ਤਲ ਦੇ ਉੱਤੇ ਸਰਵਸਵ ਜੋ ਸੰਸਾਰ ਬਣਾਇਆ ਉਸ ਨੇ ਸੰਸਾਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਬੜਾ ਛੋਟਾ ਜਿਹਾ ਲਾਈਫ ਸਪੈਨ ਮਿਲਿਆ ਸਾਨੂੰ ਇਸ ਨੂੰ ਸੁਚੱਜੇ ਢੰਗ ਨਾਲ ਜੀਏ ਮਾਣੀਏ ਇੱਕ ਦੂਜੇ ਦਾ ਸਹਿਯੋਗ ਕਰ ਸਕੀਏ ਇੱਕ ਦੂਜੇ ਦੀ ਬਾਹ ਫੜ ਸਕੀਏ ਇੱਕ ਦੂਜੇ ਦੇ ਵਿੱਚ ਗੁਣ ਖੂਬੀਆਂ ਵੇਖ ਸਕੀਏ ਇੱਕ ਦੂਜੇ ਨੂੰ ਆ ਮਦਦ ਕਰਕੇ ਉਹਦੇ ਜੀਵਨ ਦੀ ਆਸਾਨੀ ਬਣ ਸਕੀਏ ਇਹਦੇ ਆਪੋਜ਼ਿਟ ਹੁੰਦਾ ਨਫ਼ਰਤ ਈਰਖਾ ਦੁਆਇ ਹਕਰੋਦ ਹੰਕਾਰ ਬੰਦੇ ਦੇ ਹਿਰਦੇ ਚ ਨੱਚਦਾ ਧਰਮ ਇੱਥੋਂ ਹੀ ਸ਼ੁਰੂ ਹੁੰਦਾ ਕਿ ਤੇਰੀ ਅੰਤਰ ਆਤਮੇ ਦੀ ਸਫਾਈ ਹੋਣੀ ਚਾਹੀਦੀ ਹੈ ਉਹ ਨਹੀਂ ਹੋਏਗੀ ਬਾਕੀ ਸਭ ਕਰਮकांड ਹੋ ਜਾਏਗਾ ਆ ਗੁਰੂ ਬਾਬਾ ਜੀ ਕਹਿੰਦੇ ਇਤਨਾ ਕਲੀਅਰ ਮੈਸੇਜ ਜੇ ਬੰਦਾ ਨਾ ਪਕੜ ਪਾਏ ਤੇ ਫਿਰ ਤੇ ਕੀ ਕੀਤਾ ਜਾ ਸਕਦਾ ਫਿਰ ਤੇ ਹਾਥ ਦੀਪ ਕੂਹੇ ਪਰ ਹੱਥ ਤੇ ਦੀਵਾ ਰੱਖਦੇ ਹੋ ਤੇ ਬੰਦਾ ਕਹੇ ਹੋਏ ਦੀਵਾ ਬਿਨਾ ਸ਼ੱਕ ਮੈਂ ਅੱਖਾਂ ਹੀ ਨਹੀਂ ਖੋਲਣੀ ਮੈਂ ਵੇਖਣਾ ਹੀ ਨਹੀਂ ਭਈ ਹੁਣ ਦੀਵਾ ਤੇ ਰੱਖ ਸਕਦਾ ਕੋ ਹੱਥ ਤੇ ਅੱਖਾਂ ਤੇ ਹੁਣ ਫੋਰਸਫੁਲੀ ਨਹੀਂ ਨਾ ਖੋਲੀਆਂ ਜਾ ਸਕਦੀ ਜਿਵੇਂ ਕਿਹਾ ਜਾਂਦਾ ਕਿ ਤੁਸੀਂ ਘੋੜੇ ਨੂੰ ਪਾਣੀ ਤੇ ਸੋਮੇ ਤੱਕ ਲੈ ਜਾਓਗੇ ਉਸ ਨੂੰ ਪਾਣੀ ਦੇ ਟੋਬੇ ਤੇ ਲਾ ਕੇ ਖੜਾ ਕਰ ਦਿਓਗੇ ਫਿਰ ਤੁਸੀਂ ਉਹਨੂੰ ਫੋਰਸਫੁਲੀ ਪਿਆ ਥੋੜਾ ਸਕਦੇ ਹੋ ਵਾਖਰ ਕਰ ਪੀਣਾ ਤੁਸੀਂ ਨੇ ਆਪ ਹੀ ਨਾ ਉਸ ਰੂਪ ਦੇ ਚ ਅਲਟੀਮੇਟਲੀ ਸਮਝਣਾ ਤੇ ਤੁਸੀਂ ਆਪ ਹੀ ਨਾ ਬਾਬਾ ਜੀ ਨੇ ਸਾਰਾ ਸੰਦੇਸ਼ ਦੇ ਦਿੱਤਾ ਸਵੇਸੀਗਾ ਓਮ ਨਮੋ ਭਗਵੰਤ ਗੁਸਾਈ ਖਾਲਕ ਰਬ ਰਹਾ ਸਰਬ ਠਾਈ ਉਹ ਖਾਲਕ ਜਿਹਦੀ ਖਲਕਤ ਆ ਉਹ ਸਭ ਜ਼ਰਰੇ ਜ਼ਰਰੇ ਚ ਜ਼ਰਖੇਜ਼ ਹੋ ਕੇ ਬੈਠਾ ਜਿੱਥੇ ਬੀਤੇ ਕੱਲ ਅਸੀਂ ਕਨਕਲੂਡ ਕੀਤਾ ਸੀ ਕਾਰਨ ਕਰਨ کریم ਸਰਬ ਪ੍ਰਤੀਪਾਲ ਰਹੀਮ ਉਹ ਵਾਹਿਗੁਰੂ ਜੀ ਸਭ ਵਾਸਤੇ ਕਾਰਨ ਬਣਾ ਰਿਹਾ ਹੈ ਕਿਉਂਕਿ ਉਹ کریم ਹੈ کریم ਕਰਮ ਕਰਨ ਵਾਲਾ ਨਵਾਜਣ ਵਾਲਾ ਬਖਸ਼ਿਸ਼ ਕਰਨ ਵਾਲਾ ਇਸ ਤਰ੍ਹਾਂ ਜਾਣੀਏ ਅਸੀਂ ਜੀਵਨ ਦੇ ਵਿੱਚ ਮੁਸ਼ਕਲਾਂ ਤੋਂ ਡਰਦੇ ਆ ਤੇ ਫਿਰ ਭੱਜਦੇ ਆ ਤੇ ਹੁੰਦਾ ਕੀ ਹੈ ਜਿੰਨਾ ਡਰ ਕੇ ਭੱਜਦੇ ਆ ਉਹਨਾਂ ਮੁਸ਼ਕਲ ਅੱਗੇ ਹੋਰ ਵੱਡੀ ਪਹਾੜ ਦੀ ਤਰ੍ਹਾਂ ਖੜੀ ਹੁੰਦੀ ਹੈ ਜੇ ਮੁਸ਼ਕਲ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਹੋਵਾਂਗੇ ਪੂਰੀ ਕੁਦਰਤ ਸਾਡੀ ਮਦਦ ਲਈ ਆ ਜਾਏਗੀ ਆਹੀ ਬਾਣੀ ਕਹਿ ਰਹੀ ਹੈ ਜਿੱਥੇ ਪੰਜਵਾਦੀਆਂ ਉੱਥੇ ਅਸੀਂ ਸਮਝ ਨਹੀਂ ਰਹੇ ਕਿ ਉਹ ਕਾਰਨ ਕਰੀਮ ਕਿਸੇ ਨੇ ਕਰਮ ਕਰਕੇ ਕੋਈ ਕਾਰਨ ਬਣਾਇਆ ਹੈ ਜਿਹਦਾ ਮੈਨੂੰ ਇਹਦੇ ਥਰੂ ਜਾਣਾ ਪੈ ਰਿਹਾ ਹੈ ਸ਼ਿਕਵੇ ਕਾਦੇ ਸ਼ਿਕਾਇਤਾਂ ਕਾਦੀਆਂ ਇਹ ਇਹ ਬੰਦੇ ਦਾ ਅਹਿਸਾਸ ਹੋ ਜਾਣਾ ਚਾਹੀਦਾ ਹੈ ਸਭ ਨੇ ਕਿਹਾ ਕਾਰਨ ਕਰਨ کریم ਸਰਬ ਪ੍ਰਤੀਪਾਲ ਰਹੀਮ ਰਹਿਮ ਕਰਨ ਵਾਲਾ ਤੇ ਸਰਬ ਪ੍ਰਤੀਪਾਲ ਸਭ ਦੀ ਪ੍ਰਤੀਪਾਲਨਾ ਕਰਦਾ ਹੈ ਸ਼ਿਕਸਾ ਦੀ ਦਾ ਬਚਨ ਹੈ ਆ ਸੂਫੀ ਹੈ ਬੜਾ ਵੱਡਾ ਉਹ ਇੱਕ ਜਗ੍ਹਾ ਜ਼ਿਕਰ ਕਰਦਾ ਹੈ ਰੱਬ ਰਿਜ਼ਕ ਆਫਰੀਨ ਰਿਜ਼ਕ ਦਿੰਦਾ ਆ ਰਿਜ਼ਕ ਨਵਾਜਦਾ ਬਖਸ਼ਦਾ ਆ ਪਰਦਾ ਰਿਜ਼ਕ ਦੇਣ ਦਾ ਢੰਗ ਬੜਾ ਨਰਾਲਾ ਆ ਉਹ ਰਿਜ਼ਕ ਸਾਡੀ ਕਾਬਲੀਅਤ ਵੇਖ ਕੇ ਸਾਡੇ ਗੁਣ ਵੇਖ ਕੇ ਸਾਡੀਆਂ ਖੂਬੀਆਂ ਵੇਖ ਕੇ ਇਸ ਤਰ੍ਹਾਂ ਨਹੀਂ ਦਿੰਦਾ ਜੇ ਇਸ ਤਰ੍ਹਾਂ ਦੇਵੇ ਤੇ ertidide ਉੱਤੇ ਜਿੰਨੇ ਕੰਮਚੋਰ ਲੋਕ ਨੇ ਜਿੰਨੇ ਬੇਅਕਲੇ ਲੋਕ ਨੇ ਉਹ ਤੇ ਐਲੀਮੀਨੇਟ ਹੋ ਜਾਂਦੇ ਕਦੇ ਤੇ ਉਹ ਤੇ ਭੁੱਖੇ ਮਰ ਜਾਂਦੇ ਉਹਦਾ ਰਿਜ਼ਕ ਦੇਣ ਦਾ ਆਪਣਾ ਢੰਗ ਹੈ ਤਰੀਕਾ ਹੈ ਇਹੀ ਬੰਦੇ ਨੂੰ ਸਮਝਣਾ ਚਾਹੀਦਾ ਹੈ ਇਸ ਕਰਕੇ ਉਹ ਸਭ ਦੀ ਪ੍ਰਤੀਪਾਲਨਾ ਕਰਨ ਵਾਲਾ ਹੈ ਬਾਕੀ ਗੱਲ ਰਹਿ ਗਈ ਸਾਡੀ ਸਾਰਿਆਂ ਦੀ ਸਹਿ ਹੋਂਦ ਹੈ ਸਹਿ ਹੋਂਦ ਆਪਨੇ ਬੜੀ ਵਰੀਆਂ ਹੋ ਜੀਆਂ ਸਟੋਰੀਜ਼ ਪੜੀਆਂ ਹੋਣਗੀਆਂ 올 ਗਲਾਈਡਰਸ ਆਰ ਨੋਟ ਗੋਲਡ ਇਹ ਸਟੋਰੀ ਮੋਰਲ ਤੇ ਦੀਏ ਦੱਸੀ ਜਾਂਦੀ ਹੈ ਤੇ ਸਟੋਰੀ ਦੇ ਕਈ ਵਰਜਨ ਨੇ ਇੱਕ ਵਰਜਨ ਇਹ ਹੈ ਕਿ ਇੱਕ ਬਾਰਾ ਸਿੰਘ ਆਇਆ ਤੇ ਉਹ ਪਾਣੀ ਦੇ ਕੰਡੇ ਖੜਾ ਹੋ ਕੇ ਪਾਣੀ ਪੀਂਦਾ ਤੇ ਪਾਣੀ ਜਦੋਂ ਪੀ ਕੇ ਆਪਣਾ ਮੂੰਹ ਉੱਤੇ ਚੁੱਕਦਾ ਥੋੜਾ ਜਿਹਾ ਪਾਣੀ ਠਹਿਰਾ ਵਿੱਚ ਹੁੰਦਾ ਉਹਨੂੰ ਆਪਣੀ ਸ਼ਕਲ ਦਿਸਦੀ ਸ਼ਕਲ ਦਿਸਦੀ ਤੇ ਉਹਦੇ ਉੱਤੇ ਸਿਰ ਦੇ ਉੱਤੇ ਵੱਡੇ ਵੱਡੇ ਸਿੰਘ ਨਜ਼ਰ ਪੈਂਦੇ ਉਸਨੂੰ ਉਹ ਕਹਿੰਦਾ ਵਾਹ ਕੀ ਖੂਬਸੂਰਤ ਸਿੰਘ ਨੇ ਕੀ ਮੇਰੇ ਹੌਰਨ ਵਧੀਆ ਲਿਸ਼ਕ ਰਹੇ ਨੇ ਚਮਕ ਰਹੇ ਨੇ ਬਹੁਤ ਅੱਛੇ ਵੇਖਦਿਆਂ ਵੇਖਦਿਆਂ ਨਜ਼ਰ ਪੈਂਦੀ ਆਪਣੇ ਪੈਰਾਂ ਵੱਲ ਖੁਰਾਂ ਵੱਲ ਦਲਟੀ ਮਿੱਟੀ ਨਾਲ ਪਰੇ ਹੋਏ ਕਹਿੰਦਾ ਓਹੋ ਹੋ ਹੋ ਆਹ ਤੇ ਬੜੇ ਖੂਬਸੂਰਤ ਨੇ ਬੜੇ ਚਮਕ ਰਹੇ ਨੇ ਭਰਾ ਲੱਤਾਂ ਖੁਰ ਇਹ ਤੇ ਬਹੁ ਪਾਇ ਤੇ ਨੇ ਦਸੋ ਮਤਲਬ ਸੁੱਕੀਆਂ ਜੀਆਂ ਲੱਤਾਂ ਨੇ ਉਤੋਂ ਖੋਰਾ ਐਵੇਂ ਦੇ ਨੇ ਮਿੱਟੀ ਨਾਲ ਪਰੇ ਨੇ ਕਿੱਡੇ ਘਰ ਵਿੱਚ ਲੱਗਦੇ ਨੇ ਅਜੇ ਉਹ ਸੋਚ ਹੀ ਰਿਹਾ ਹੁੰਦਾ ਇੱਕਦਮ ਕੰਨਾਂ 'ਚ ਆਵਾਜ਼ ਪੈਂਦੀ ਸ਼ਿਕਾਰੀ ਦੇ ਕੁੱਤਿਆਂ ਦੀ ਕਹਾਣੀ ਆਪਨੇ ਜ਼ਰੂਰ ਪੜ੍ਹੀ ਹੋਣੀ ਸਕੂਲ ਮੈਨੂੰ ਯਾਦ ਹੈ ਟੈਕਸਟ ਬੁੱਕਸ ਹੁੰਦੀ ਸੀ ਰਕ ਤਮ ਦੌੜਦਾ ਜਦੋਂ ਦੌੜਦਾ ਹੁਣ ਲੱਤਾਂ ਸਹਾਰੀ ਸਹਾਈ ਬਣਦੀਆਂ ਲੱਤਾਂ ਜਿਨ੍ਹਾਂ ਨੂੰ ਕਹਿੰਦਾ ਸੀ ਨਿਕਮੀਆਂ ਨੇ ਨਖਿੱਧ ਨੇ ਵਿਕਾਰ ਨੇ ਗਰਬਜ ਨੇ ਉਹ ਹੈਲਪ ਕਰ ਰਹੀਆਂ ਨੇ ਉਹ ਧੜਾ ਰਹੀਆਂ ਨੇ ਜਾਨ ਵਿਚਾਰੀਆਂ ਨੇ ਉਹਦੀ ਐਹਸਾਸ ਹੁੰਦਾ ਵਾਹ ਬੜਾ ਹੀ ਬੜਾ ਯੂਸਫੁਲ ਟੂਲ ਕੁਦਰਤ ਨੇ ਦਿੱਤਾ ਇੱਥੇ ਮੈਂ ਐਵੇਂ ਸ਼ਿਕਾਇਤ ਕਰੀ ਜਾਂਦਾ ਸੀਗਾ ਦੌੜਦਿਆਂ ਦੌੜਦਿਆਂ ਇੱਕ ਵੱਡੇ ਸਾਰੇ ਝਾੜ ਦੇ ਥੱਲੇ ਨੰਗਣ ਲੱਗਦਾ ਹੈ ਸਿੰਘ ਝਾੜ ਚ ਫਸ ਜਾਂਦੇ ਨੇ 12 ਸਿੰਘੇ ਜਿਹੜਾ ਫਸ ਜਾਂਦੇ ਨੇ ਬੜੀ ਐਫਰਟ ਪਾਉਂਦਾ ਕੱਢ ਨਹੀਂ ਪਾਉਂਦਾ ਵਿੱਚੋਂ ਕਹਿੰਦਾ ਉਹ ਆਕੀ ਬਣ ਗਿਆ کہانی ਹੈ 올 ਗਲਾਈਡਰਸ ਆਰ ਨਾਟ ਗੋਲਡ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਜਿਹੜੀ ਚੀਜ਼ ਨੂੰ ਤੁਸੀਂ ਬਹੁਤ ਵੱਡਿਆਂ ਸਮਝਦੇ ਹੋ ਕਈ ਵਾਰੀ ਵੱਡੀ ਨਹੀਂ ਹੁੰਦੀ ਉਹ ਇਹ ਸੱਚ ਹੈ ਕੁਦਰਤ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਹਿ ਹੋਣ ਦੇ ਵਿੱਚ ਆਉਂਦੀਆਂ ਨੇ ਸਭ ਨੂੰ ਨਾਲ ਨਾਲ ਲੈ ਕੇ ਚੱਲਣਾ ਹੁੰਦਾ ਹੈ ਜੀਵਨ ਵਿੱਚ ਇਸ ਚੀਜ਼ ਨੂੰ ਇਸ ਤਰ੍ਹਾਂ ਜਾਣੀਏ ਸਾਡੀ ਮਨੁੱਖਾਂ ਦੀ ਸਹ ਹੁੰਦਿਆ ਨਾ ਸਾਰੇ ਬਹੁਤ ਅਕਲਮੰਦ ਹੋ ਸਕਦੇ ਨਾ ਸਾਰੇ ਕਮਲੇ ਹੋ ਸਕਦੇ ਨਾ ਸਾਰੇ ਬਿਲਕੁਲ ਕਹਿ ਲੋ ਕੀ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਆਪਾਂ ਜਪਦੀ ਸਾਹਿਬ ਰੋਜ਼ ਪੜ੍ਹਦੇ ਆ ਅਸੰਖ ਜਪ ਅਸੰਖ ਭਾਉ ਉਹਨਾਂ ਦਾ ਜ਼ਿਕਰ ਵੀ ਹੈ ਅਸੰਖ ਚੋਰ ਹਰਾਮ ਖੋਰ ਉਹਨਾਂ ਦਾ ਜ਼ਿਕਰ ਵੀ ਹੈ ਦੋਨਾਂ ਪਾਸੇ ਵੈਰਾਈਟੀ ਹੈ ਅਸੀਂ ਜਾਪ ਸਭ ਰੋਜ਼ ਪੜਦੇ ਆਂ ਬਾਬਾ ਜੀ ਕੀ ਬਿਆਨ ਕਰਦੇ ਬਾਬਾ ਜੀ ਕਹਿੰਦੇ ਰੱਬ ਜੀ ਤੈਨੂੰ ਨਮਸਕਾਰ ਹੈ ਕਿਉਂ ਨਮਸਕਾਰ ਹੈ ਤੂੰ ਬੜਾ ਬਿਆਨ ਤੇ ਆ ਤੂੰ ਵੱਡੇ ਵੱਡੇ ਕਲਹਾ ਕਲੇਸ਼ ਦੇ ਸੋਮੇ ਉਹ ਧਰਤੀ ਦੇ ਆਪਣੇ ਰੂਪ ਵਟਾ ਕੇ ਭੇਜੇ ਨੇ ਨਮਹੋ ਕਲਹ ਕਰਤਾ ਬੰਦਾ ਕਹਿੰਦਾ ਕਿ ਕਲਾ ਕਲੰਦਰ ਵਸੇ ਘੜਿਓਂ ਪਾਣੀ ਤੇ ਚੁੱਲਿਓਂ ਅਗ ਨਸੇ ਕਹਿੰਦੇ ਸਭ ਖਤਮ ਹੋ ਜਾਂਦਾ ਇਹ ਕਲਾ ਕਲੰਦਰ ਤੇ ਐਸੀ ਬਲਾ ਆ ਬਾਪੂ ਜੀ ਕਹਿੰਦੇ ਨਾ ਨਾ ਇਹ ਵੀ ਕੁਦਰਤ ਦੇ ਰੂਪ ਵਿੱਚ ਹੀ ਹੈ ਇਹ ਥੋੜਾ ਕਿ ਸਾਰੇ ਲੋਕ ਜੀਜੀ ਕਰਨ ਵਾਲੇ ਹੋਣਗੇ ਚੰਗਾ ਬੋਲਣ ਵਾਲੇ ਮਿੱਠਾ ਬੋਲਣ ਬਾਣੇ ਹੋਣਗੇ ਕਲਾ ਕਲੰਦਰੀ ਵੀ ਹੋਣਗੇ ਇਹ ਸਮਾਜ ਸੰਸਾਰ ਦਾ ਹਿੱਸਾ ਹੈ ਇਕੱਠੇ ਚੱਲਦਾ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਤੂੰ ਸ਼ਾਂਤੀ ਦਾ ਰੂਪ ਵੀ ਹੈ ਤੂੰ ਕਲਾ ਦਾ ਰੂਪ ਵੀ ਹੈ ਇਕੱਠੀਆਂ ਸਹਿ ਹੋਉਂਦੀ ਹੁੰਦੀ ਐ ਸੋ ਇਸ ਕਰਕੇ ਜੀਵਨ ਦੇ ਵਿੱਚ ਜਿੱਥੇ-ਜਿੱਥੇ ਜਿਹਦਾ ਰੋਲ ਆ ਉਹਨੂੰ ਰੋਲ ਪਲੇ ਕਰਨਾ ਚਾਹੀਦਾ ਜਿਸ ਕਿਸੇ ਨੂੰ ਅਕਲ ਆ ਬੀਤੇ ਕੱਲ ਆਪਾਂ ਬਾਤ ਕਰ ਰਹੇ ਸੀਗੇ ਨਾ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਸਿਆਣਪ ਇਹ ਨਹੀਂ ਹੈ ਕਿ ਮੈਨੂੰ ਅਕਲ ਸਮਝ ਆ ਗਈ ਤੇ ਮੈਂ ਸਾਰਿਆਂ ਨੂੰ ਜੱਜ ਕਰਦਾ ਫਿਰਾਂ ਤੇ ਸਾਰਿਆਂ ਨੂੰ ਜਿਹੜਾ ਆਪਣੀ ਸੋਚ ਮੁਤਾਬਕ ਢਾਲ ਕੇ ਤੇ ਕਹਾਂ ਬਸ ਇਸੇ ਤਰੀਕੇ ਨਾਲ ਇੱਕ ਤੱਕਲੇ ਤਰ੍ਹਾਂ ਸਿੱਧੇ ਕਰ ਦੇਣੇ ਨੇ ਧਾਰਮਿਕ ਦੁਨੀਆ ਵਿੱਚ ਵੀ ਬੰਦਾ ਫੈਨੈਟਿਕ ਉਹਦੋਂ ਹੁੰਦਾ ਜਦੋਂ ਕਹਿੰਦਾ ਵੀ ਐਜ਼ ਆਈ ਥਿੰਕ एवरीवन शुड ਥਿੰਕ ਲਾਈਕ 댓 ਐਵੇਂ ਥੋੜਾ ਹੋਏਗਾ ਬਿਲਕੁਲ ਇਤਿਹਾਸ ਚੋ ਬਾਤ ਕਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਤਿੰਨ ਅਰੇਸਟਿੰਗ ਹੁੰਦੀਆਂ ਨੇ ਉਹਨਾਂ ਦੀ ਇਤਿਹਾਸ ਵਿੱਚ ਤੋਂ ਪਹਿਲੀ ਅਰੇਸਟਿੰਗ ਹੋਈ ਉਸ ਵਕਤ ਔਰੰਗਜ਼ੇਬ ਦਿੱਲੀ ਵਿੱਚ ਸੀਗਾ ਕਿਉਂਕਿ ਜਿਹੜਾ ਲਾਸਟ ਅਰੇਸਟਿੰਗ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਉਦੋਂ ਔਰੰਗਜ਼ੇਬ ਦਿੱਲੀ ਨਹੀਂ ਸੀਗਾ ਉਦੋਂ ਹਸਨ ਅਬਦਾਲ ਸੀਗਾ ਉੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਇਸੇ ਕਰਕੇ ਕਈ ਵਾਰੀ ਜਿਹੜੇ ਖਾਸ ਕਰਕੇ ਉਰਦੂ ਦੇਤੇ ਮੋਮਨ ਲਿਖਾਰੀ ਨੂੰ ਕਹਿੰਦੇ ਵੀ ਐਵੇਂ ਕਿਵੇਂ ਹੋ ਸਕਦਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਔਰੰਗਜ਼ੇਬ ਦੇ ਨਾਲ ਜੋੜ ਦਿੰਦੇ ਹੋ ਵੀ ਉਹ ਤੇ ਉੱਥੇ ਹੈ ਹੀ ਨਹੀਂ ਸੀਗਾ ਭਈ ਉਸ ਦਿਨ ਨਹੀਂ ਸੀਗਾ ਉੱਥੇ ਹਾਂ ਉਹਦਾ ਆਰਡਰ ਉਹਦਾ ਸੀਗਾ ਉਹਦੇ ਹੀ ਸਟਾਫ ਮੈਂਬਰ ਸੀਗੇ ਉਸੇ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਆਹ ਹਦਾਇਤਾਂ ਨੇ ਬਾਕੀ ਗੱਲ ਰਹੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਔਰੰਗਜ਼ੇਬ ਦੇ ਵਿੱਚ ਜਿਹੜੇ ਡਾਇਲੌਗਸ ਹੋਏ ਨੇ ਇਹ ਪਹਿਲੀਆਂ ਦੋ ਮਿਲਨੀਆਂ ਚ ਹੋਏ ਨੇ ਜਦੋਂ ਪਹਿਲੀ ਮਿਲਣੀ ਹੋਈ ਏ ਉਹਦੇ ਚ ਗੁਰੂ ਸਾਹਿਬ ਨੇ ਇੱਕ ਜਿਵੇਂ ਸ਼ਾਹੀ ਬੰਦੀ ਬਣਾਇਆ ਜਾਂਦਾ ਇਸ ਤਰੀਕੇ ਨਾਲ ਲਿਆਂਦਾ ਗਿਆ ਸੀ ਕਿਉਂਕਿ ਰਾਜਾ ਜੈ ਸਿੰਘ ਸਵਾਈ ਜਿਹੜਾ ਰਾਏ ਸੀਨਾ ਦਾ ਸਥਾਨ ਹੈ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਇਹ ਚਾਰ ਪਿੰਡ ਸੀਗੇ ਜ਼ਗੀਰ ਸੀਗੇ ਰਾਜਾ ਜੈ ਸਿੰਘ ਦੀ ਇਹ ਬੰਗਲਾ ਹੀ ਸੀਗਾ ਉਹਦਾ ਆਪਣਾ ਤਾਂ ਹੀ ਗੁਰਦੁਆਰਾ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜਿੱਥੇ ਜੋਤੀ ਜੋਤ ਸਮਾਉਂਦੇ ਇਹ ਜਗ੍ਹਾ ਸੀਗੀ ਉਹਦੀ ਇਹ ਪਰਿਵਾਰ ਗੁਰੂ ਮਹਾਰਾਜ ਦੇ ਕਾਫੀ ক্লোਜ਼ ਸੀਗਾ ਇਹਦਾ ਬੇਟਾ ਸੀਗਾ ਰਾਮ ਸਿੰਘ ਜਿਹਨੂੰ ਗੁਰੂ ਮਹਾਰਾਜ ਆਸਾਮ ਬਿਲਕੁਲ 올 ਦਾ ਵੇ ਸਾਰੇ ਸੋਰਸਸ ਮਿਲਦੇ ਨੇ ਜਿਹੜੀ ਟ੍ਰੀਟੀ ਹੋਈ ਸੀਗੀ ਜਿਹੜੇ ਅਸਮੀਆਂ ਟ੍ਰਾਈਬਸ ਤੇ ਰਾਮ ਸਿੰਘ ਦੇ ਦਰਮਿਆਨ ਕਿਉਂਕਿ ਔਰੰਗਜ਼ੇਬ ਜਿਹੜਾ ਸ਼ਿਵਾਜੀ ਮਰਾਠਾ ਸੀਗਾ ਉਹ ਰਾਮ ਸਿੰਘ ਦੀ ਕੈਦ ਵਿੱਚੋਂ ਇਹਦੀ ਪ੍ਰਿਜ਼ਨ ਵਿੱਚੋਂ ਉਹ ਐਸਕੇਪ ਹੋ ਗਿਆ ਸੀ ਭੱਜ ਗਿਆ ਸੀ ਉਹਦੇ ਕਰਕੇ ਔਰੰਗਜ਼ੇ ਬੜਾ ਖਫਾ ਸੀਗਾ ਉਹਨੂੰ ਉਸਨੇ ਨੂੰ ਸਜ਼ਾ ਹਫਤਾ ਕਰਨ ਵਾਸਤੇ ਭੇਜਿਆ ਸੀਗਾ ਆਲ ਦਾ ਬੇ ਅਸਾਮ ਵੀ ਆਇਦਰ ਜੇ ਜੇਤੂ ਹੋ ਕੇ ਆਏਗਾ ਤੇ ਮੇਰੇ ਲਈ ਇਲਾਕਾ ਜਿੱਤ ਕੇ ਆਵੇਗਾ ਆਦਰਵਾਇਜ਼ ਉੱਥੇ ਟ੍ਰਾਈਬਸ ਦੇ ਨਾਲ ਲੜਦਾ ਉੱਥੇ ਮਰ ਜਾਏਗਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਵਿੱਚ ਸਾਲਸੀ ਕਰਕੇ ਦੋਨਾਂ ਧਿਰਾਂ ਨੂੰ ਇੱਕ ਜਗ੍ਹਾ ਬਿਠਾ ਕੇ ਕਿਹਾ ਸੀਗਾ ਕਿ ਇਹ ਲੜਾਈ ਨਹੀਂ ਕਰਨੀ ਟ੍ਰੀਟੀ ਹੋਈ ਸੀ ਬਕਾਇਦਾ ਸਾਡੇ ਕੋਲ ਸਾਰੇ ਅੱਜ ਐਵੀਡੈਂਸ ਮਿਲ ਜਾਂਦੇ ਨੇ ਜਦੋਂ ਹਿਸਟਰੀ ਨੂੰ ਪੜ੍ਹਦੇ ਹਾਂ ਸਾਰੇ ਰੂਪ ਵਿੱਚ ਖੈਰ ਇਹਦੀ ਬੇਨਤੀ ਕਰਨ ਲੱਗਾ ਸੀਗਾ ਗੁਰੂ ਤੇਗ ਬਹਾਦਰ ਮਹਾਰਾਜ ਤੋਂ ਪਹਿਲੀ ਵਾਰੀ ਉਸ ਰੂਪ ਵਿੱਚ ਲਿਆਂਦੇ ਗਏ ਇੱਕ ਸ਼ਾਹੀ ਮਹਿਮਾਨ ਦੀ ਤਰ੍ਹਾਂ ਹਾਲਾਂਕਿ ਨਜ਼ਰਬੰਦ ਕੀਤਾ ਗਿਆ ਸੀ ਉਹਨਾਂ ਨੂੰ ਤੌਰੰਗਜੀਬ ਨੇ ਬੜਾ ਰਸਮੀ ਤੌਰ ਤੇ ਸਤਿਕਾਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂਕਿ ਬਹੁਤ ਕਜਾਕ ਸਿਆਸਤਦਾਨ ਸੀਗਾ નો ਡਾਊਟ ਬਾਬਾ ਰਾਮ ਸਿੰਘ ਨੂੰ ਵੀ ਉਸ ਨੇ ਇਸੇ ਰੂਪ ਵਿੱਚ ਮਤਲਬ ਪਰਮਾ ਲਿਆ ਸੀਗਾ ਸਿਆਸਤ ਦੇ ਕਹਿੰਦੇ ਨੇ ਚਾਰ ਨਿਯਮ ਹੁੰਦੇ ਨੇ ਸਾਮ-ਦਾਮ-ਦੰਡ-ਭੇਦ ਹਰ ਇੱਕ ਕਿਸੇ ਨੂੰ ਦੰਡ ਦੇ ਕੇ ਨਹੀਂ ਮਨਾਇਆ ਜਾ ਸਕਦਾ ਉਹਦੇ ਵਾਸਤੇ ਹੋਰ ਚੀਜ਼ਾਂ ਯੂਜ਼ ਕਰ ਲੋ ਭੇਦ ਉਦਾ ਕੋਈ ਲੁਕਵਾ ਕੋਈ ਭੇਦ ਕੋਈ ਉਸ ਉਹਦੀ ਸੀਕਰੈਸੀ ਲੈ ਲਓ ਸੀਕਰੈਸੀ ਦਿਖਾ ਕੇ ਡਰਾ ਕੇ ਉਹਨੂੰ ਇਹ ਸੀਕਰੈਸੀ ਲੈ ਕੇ ਅੰਦਰ ਉਹਨੂੰ ਰਾਜ਼ਦਾਰ ਕਰਕੇ ਕੁਝ ਕਰ ਲਵੋ ਧਾਮ ਖਰੀਦ ਲਵੋ ਦਮੜੇ ਦੇ ਲਓ ਜੇ ਧਾਮ ਨਾਲ ਵੀ ਨਹੀਂ ਖਰੀਦੇ ਕੋਈ ਸੀਕਰੈਸੀ ਵੀ ਕਿਸੇ ਦੀ ਜਿਹੜੀ ਉਹ ਪਕੜੇ ਚ ਨਹੀਂ ਆ ਰਹੀ ਐਂਡ ਦੰਡ ਵੀ ਦੇਣਾ ਉਸ ਲਈ ਪੋਸੀਬਲ ਨਹੀਂ ਫਿਰ ਇੱਕ ਤਰੀਕਾ ਹੋਰ ਵੀ ਹੈ ਸ਼ਾਮ ਖੁਸ਼ਾਮਤ ਉਹਦੀ ਚਾਪਲੂਸੀ ਉਸਨੂੰ ਖੁਸ਼ਾਮਤ ਉਸਨੂੰ ਖੁਸ਼ ਕਰ ਦਿਓ ਉਦਵਾਂ ਬਿਲਕੁਲ ਪਲ ਬਣਾ ਦਿਓ ਉਸ ਕਿਸਮ ਦੇ ਨਾਲ ਤਨਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਉਸਨੇ ਅੰਦਾਜ਼ਾ ਲਾ ਲਿਆ ਵੀ ਕੋਈ ਹੋਰ ਜ਼ਰਾ ਚਾਰਾ ਨਹੀਂ ਚੱਲਣਾ ਦੰਡਤ ਕਰ ਨਹੀਂ ਸਕਦਾ ਧਾਮ ਧਾਮ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੀ ਦਿਓਗੇ ਤਾਂ ਸ਼ਾਹਾਂ ਦੇ ਸ਼ਾਹ ਨੇ ਜਿਨ੍ਹਾਂ ਦੇ ਕਰਹਾਂ ਦੇ ਅੰਦਰ ਏਡੇ ਏਡੇ ਵੱਡੇ ਕਾਫਲੇ ਚੱਲਦੇ ਤੇ ਗੁਰੂ ਮਹਾਰਾਜ ਕੋ ਤਨਗੁਰ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਉਸ ਦੇਖਦੇ ਆਂ ਵੀ ਉਹਨਾਂ ਬਾਰੇ ਕਿਆ ਜਾਂਦਾ ਹੈ ਕਿ ਉਹ ਐਸੀ ਪਾਤਸ਼ਾਹ ਮਾਣ ਰਹੇ ਸੀਗੇ ਕਿ ਉਹਨੇ ਪ੍ਰਸਾਦੀ ਹਾਥੀ ਚੌਰ ਚੁਲਾਉਂਦੇ ਸੀ ਉਹਨਾਂ ਦੇ ਸਿਰ ਦੇ ਉੱਤੇ ਫਿਰ ਉਹਨੇ ਕਿਹਾ ਵੀ ਚੀਜ਼ ਨਹੀਂ ਸੀਕਰੇਸੀ ਜਿਨ੍ਹਾਂ ਦਾ ਜੀਵਨ ਹੀ ਖੁੱਲੀ ਕਿਤਾਬ ਹੈ ਰੱਬੀ ਲੋਕ ਨੇ ਉਹਨਾਂ ਨੂੰ ਕਿਵੇਂ ਉਹਨੇ ਕਿਹਾ ਖੁਸ਼ ਆਮਦ ਇਹ ਹੀ ਕਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਹਮਣੇ ਉਸਨੇ ਕੁਝ ਗੱਲਾਂ ਕੀਤੀਆਂ ਜਿਹਨਾਂ ਨੂੰ ਸਾਡੇ ਕੁਝ ਰਾਈਟਰਸ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਕਿ ਉਹ ਕਹਿੰਦਾ ਕਿ ਦੇਖੋ ਜੀ ਏਡਾ ਵੱਡਾ ਮੁਲਖ ਆ ਤੇ ਇਸ ਮੁਲਖ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਨੇ ਤੇ ਆਪਾਂ ਇੱਕ ਕੰਮ ਕਰਦੇ ਆ ਸਾਰੇ ਲੋਕਾਂ ਨੂੰ ਇੱਕ دین ਨਾਲ ਬੰਨ ਦਿੰਦੇ ਆ ਏਕਤਾ ਹੋ ਜੇਗੀ ਹਾਲਾਂਕਿ ਇਹ ਵੀ ਇੱਕ ਆ ਬੜੀ ਵੱਡੀ ਸਾਡੀ ਇੱਕ ਕਹਿ ਲਈਏ ਕਿ ਬੜੀ ਇਲੀਟਰੇਸ਼ਨ ਵਾਲੀ ਗੱਲ ਆ ਅਰੇਬਿਕ ਵਰਲਡ ਦੇਖ ਲਵੋ ਸਾਰਾ ਆਲਮੋਸਟ ਇੱਕੋ ਧਰਮ ਨੂੰ ਮੰਨਦਾ ਹੈ ਮਿਡਲ ਈਸਟ ਦੇ ਇੱਕ ਜਿਹੜਾ ਸਿਰਫ ਇਜ਼ਰਾਈਲ ਨੂੰ ਛੱਡ ਕੇ ਬਾਕੀ ਸਾਰੇ ਦੇ ਵਿੱਚ ਦੁਨੀਆ ਪਿਛਲੇ ਸਮੇਂ ਦੇ ਵਿੰਦਰ ਪਿਛਲੀ ਸਦੀ ਦੇ ਵਿੱਚ ਜਿੰਨੀ ਖੋਨੋਗਾਰਥ ਉੱਥੇ ਹੋਈ ਕਿਤੇ ਵੀ ਨਹੀਂ ਹੋਈ ਇੱਕੋ ਹੀ ਮਜਬ ਦੇ ਧਾਰਨੀ ਤੇ ਸਭ ਮੁਲਕਾਂ ਦੇ ਮੁਲਕ ਲੜ ਰਹੇ ਆਪਸੇ ਸਾਰੇ ਬੰਦੇ ਦੀ ਜਿਹੜੀ ਅਪਲਿਫਟਿੰਗ ਆ ਇਹ ਸਿਰਫ ਤੇ ਸਿਰਫ ਕਿਸੇ ਇੱਕ ਰਿਲੀਜੀਅਸ ਕਹਿ ਲੋ ਇੱਕ ਆਈਡੀਓਲੋਜੀ ਨੂੰ ਫਾਲੋ ਕਰਨ ਨਾਲ ਨਾ ਬਣ ਪਾਏਗੀ ਜਿੰਨੀ ਦੇਰ ਤੱਕ ਉਹਦੀ ਪ੍ਰੋਪਰ ਆਤਮਕ ਉਸਾਰੀ ਨਹੀਂ ਹੁੰਦੀ ਸੈਲਫ ਇੰਟਰਸਟ ਇਕੋ ਜੇ ਨਹੀਂ ਹੁੰਦੇ ਉਹਦੇ ਚ ਇੱਕ ਰੀਜ਼ਨ ਥੋੜਾ ਹੈ ਬਹੁਤ ਸਾਰੇ ਰੀਜਨਲ ਲੈਵਲ ਤੇ ਬڑے ਰੀਜਨ ਹੋ ਜਾਂਦੇ ਨੇ ਇਕਨੋਮਿਕ ਲੈਵਲ ਤੇ ਬڑے ਹੋ ਜਾਂਦੇ ਨੇ ਹਬ ਦੇਖੋ ਮਤਲਬ ਇਰਾਨ ਦਾ ਤੇ ਸਾਊਦੀ ਜੀ ਦੇਖੋ ਕੀ ਹਾਲ ਹੈ ਕਹਿਣ ਨੂੰ ਇਸਲਾਮਿਕ ਕੰਟਰੀਜ਼ ਨੇ ਮਤਲਬ ਬਿਲਕੁਲ ਨੇਬਰ ਨੇ ਤੇ ਕਿਸ ਤਰੀਕੇ ਦੇ ਨਾਲ ਇਰਾਕ ਦਾ ਤੇ ਇਰਾਨ ਦਾ ਤੁਸੀਂ ਦੇਖੋ ਕਿੰਨੇ ਸਾਲ ਖਾੜੀ ਯੁੱਧ ਚੱਲਦਾ ਰਿਹਾ ਕੁਐਤ ਤੇ ਇਰਾਨ ਦਾ ਦੇਖੋ ਕੀ ਹਾਲ ਰਿਹਾ ਖੈਰ ਉਸਨੇ ਆਪਣੇ ਤੌਰ ਤੇ ਗੁਰਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਬਾਤ ਕੀਤੀ ਕਿ ਇੱਕ ਮਜਬ ਦੇ ਦਿੰਨੇ ਆ ਸਾਰੇ ਇਸ ਸਾਰੇ ਖਿੱਤੇ ਸਾਊਥ ਏਸ਼ੀਆ ਦੇ ਵਿੱਚ ਤੇ ਇੱਕ ਮਜਬ ਹੋਏਗਾ ਸਾਰੀ ਲੜਾਈ ਮਫਾਤ ਝਗੜਾ ਖਤਮ ਹੋ ਜਾਏਗਾ ਤੇ ਜਿਹੜਾ ਇਹ ਸਾਡਾ ਥਾਟ ਆ ਸਾਡਾ ਜਿਹੜਾ ਰਿਲੀਜੀਅਸ ਥਾਟ ਆ ਇਹ ਬੜੇ ਕਮਾਲ ਦਾ ਇਸਲਾਮ ਤੁਸੀਂ ਸ਼ਾਹੀ ਪੀਰ ਬਣੋ ਮੈਂ ਉਹ ਗੁਰੂ ਮਹਾਰਾਜ ਦੀ ਖੁਸ਼ਾਮਦ ਕਰਦਾ ਹੋਇਆ ਉਹਨਾਂ ਨੂੰ ਕਨਵਰਟ ਕਰਨ ਵਾਸਤੇ ਕਨਵਰਜਨਲੀ ਪੇਸ਼ੀ ਪੇਸ਼ਣ ਕੋਈ ਕਰ ਰਿਹਾ ਤੇ ਫਿਰ ਤੁਸੀਂ ਅਗਵਾਈ ਕਰਿਆ ਜੇ ਤੇ ਸਾਰੇ ਮੁਲਖ ਦੇ ਵਿੱਚ ਇੱਕੋ ਪ੍ਰਚਾਰ ਸ਼ਾਹੀ ਪਕੀ ਸ਼ਾਹੀ ਤੁਸੀਂ ਪੀਰ ਹੋ ਕੇ ਵਿਚਰਿਆ ਜੇ ਗੁਰੂ ਮਹਾਰਾਜ ਕਹਿੰਦੇ ਹਰੰਗਜੀਤ ਠੀਕ ਹੈ ਕੁਝ ਤੈਨੂੰ ਸਵਾਲ ਪੁੱਛਣੇ ਨੇ ਤੂੰ ਗੱਲ ਕੀਤੀ ਗੱਲ ਬੜੀ ਵੱਡੀ ਕੀਤੀ ਹੈ ਜਿੱਡੀ ਤੇਰੀ ਹਸਤੀ ਹੈ ਤ ਉਸ ਤੋਂ ਕਿਤੇ ਵੱਡੀ ਗੱਲ ਕਰਦੀ ਹੈ ਔਰੰਗਜ਼ੇਬ ਵਾਸਤੇ ਬੜੀ ਔਖੀ ਗੱਲ ਸੀਗੀ ਐਵੇਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਤੇ ਇਹ ਤੇ ਮਤਲਬ ਮਹਾਰਾਜ ਨੇ ਸ਼ੀਸ਼ਾ ਵਿਖਾਤਾ ਨਾ ਤੇ ਔਰੰਗਜ਼ੇਬ ਜਿੰਨੀ ਕਿ ਪਾਇਆ ਹੋਏ ਗੱਲ ਉਨੀ ਕਰਨੀ ਚਾਹੀਦੀ ਏ ਜਿਹੜੀ ਮੇਰੀ ਪਾਇਆ ਹੀ ਨਹੀਂ ਗਈ ਤੈਨੂੰ ਅਹਿਸਾਸ ਹੀ ਨਹੀਂ ਵੀ ਬਾਤ ਕਿਸੇ ਉਸ ਪੀਰੇ ਪੈਗੰਬਰ ਨਾਲ ਕਰ ਰਿਹਾ ਤੂੰ ਮਹਾਰਾਜ ਕਹਿੰਦੇ ਠੀਕ ਐ ਤੂੰ ਗੱਲ ਕੀਤੇ ਤੈਨੂੰ ਸਵਾਲ ਪੁੱਛਣੇ ਨੇ ਕੁਝ ਸਵਾਲ ਪਹਿਲਾ ਇਹ ਐ ਖੁਦਾ ਨੂੰ ਮੰਨਣਾ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਹਾਂ ਕਲਮਾ ਪੜ੍ਹ ਕੇ ਕਹਿੰਦਾ ਖੁਦਾ ਤੇ ਸਭ ਕੁਝ ਹੈ। ਇਹ ਤੇ ਅੱਛਾ। ਖੁਦਾ ਸਭ ਕੁਝ ਹੈ ਮੰਨਣਾ ਹੈ। ਹਾਂ। ਅੱਛਾ ਜ਼ਿੰਦਗੀ ਕੌਣ ਦਿੰਦਾ ਆ? ਖੁਦਾ ਦਿੰਦਾ ਕਿ ਕੋਈ ਹੋਰ ਦਿੰਦਾ? ਕਹਿਣ ਲੱਗਾ ਜੀ ਖੁਦਾ ਦਿੰਦਾ। ਅੱਛਾ। ਜ਼ਿੰਦਗੀ ਲੈਂਦਾ ਕੌਣ ਹੈ? ਕਹਿਣ ਲੱਗਾ ਜੀ ਖੁਦਾ ਲੈਂਦਾ। ਹੁਣ ਉਹ ਪੂਰਾ ਆਪਣੀ ਸੋ ਆਪਣੇ ਹੀ ਵਿਚਾਰ ਨੇ ਪਹਿਲਾਂ ਕਿਉਂਕਿ ਕਈ ਵਾਰ ਜਿਹੜੀ ਗੱਲ ਕਰਦੇ ਹੀ ਖੁਦ ਨਹੀਂ ਉਹ ਸਮਝਦੇ ਇਸ ਰੂਪ ਦੇ ਚ। ਬਾਬਾ ਜੀ ਕਹਿੰਦੇ ਜ਼ਿੰਦਗੀ ਖੁਦਾ ਦਿੰਦਾ, ਜ਼ਿੰਦਗੀ ਖੁਦਾ ਲੈਂਦਾ, ਇਹੀ ਹੈ ਨਾ? ਅੱਛਾ ਤੈਨੂੰ ਕਿਨੇ ਇਹ ਤੇਰੀ ਡਿਊਟੀ ਲਈ ਆ ਤੈਨੂੰ ਹੁਕਮ ਦਿੱਤਾ ਕਿ ਤੂੰ ਇਹ ਸਾਰਿਆਂ ਨੂੰ ਇੱਕੋ ਝੰਡੇ 'ਚ ਲੈ ਕੇ ਆਉਣਾ ਇੱਕੋ ਡੰਡੇ ਨਾਲ ਬੰਨਣਾ ਸਾਰਿਆਂ ਨੂੰ ਇੱਕੋ ਧਰਮ ਵਿੱਚ ਲੈ ਕੇ ਆਉਣਾ ਕਹਿੰਦਾ ਜੀ ਇਹ ਖੁਦਾ ਦਾ ਕੰਮ ਹੈ ਕਰ ਕਰ ਜਿਆ ਤੇ ਮੈਂ ਕਰਨਾ ਇਹ ਲੋਕ ਜ਼ਾਹਲ ਨੇ ਬੁੱਤ پرست ਨੇ ਬੁੱਤਾਂ ਦੀ ਪ੍ਰਸਤੂਗੀ ਕਰਦੇ ਨੇ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਇੱਕ ਉਸ ਖੁਦਾ ਦੇ ਝੰਡੇ 'ਚ ਲੈ ਕੇ ਆਉਣਾ ਹੈ ਖੁਦਾ ਦਾ ਕੰਮ ਹੈ अनुगुरु ते एक बहादुर महाराज ਕਹਿੰਦੇ ਔਰੰਗਜ਼ੇਬ ਕਿਉਂ ਇਸ ਰੂਪ ਵਿੱਚ ਆਪਣੇ ਆਪ ਨੂੰ ਕਲਪਾ ਰਿਹਾ ਤੇ ਕਿਉਂ ਇਸ ਰੂਪ ਵਿੱਚ ਗਲਤ ਬਿਆਨੀ ਕਰ ਰਿਹਾ ਹੈ ਜ਼ਿੰਦਗੀ ਖੁਦਾ ਦੇਣ ਵਾਲਾ ਆ ਜੇ ਇਹ ਉਹਦਾ ਹੁਕਮ ਹੁੰਦਾ ਜੇ ਉਹਦਾ ਆਰਡਰ ਹੁੰਦਾ ਤੇ ਜਿਨ੍ਹਾਂ ਨੂੰ ਤੂੰ ਬੁੱਤ ਪ੍ਰਸਤ ਕਹਿ ਰਿਹਾ ਆ ਜਿਨ੍ਹਾਂ ਨੂੰ ਤੂੰ ਜ਼ਾਹਲ ਕਹਿ ਰਿਹਾ ਉਹਨਾਂ ਦੇ ਘਰਾਂ 'ਚ ਅੱਜ ਵੀ ਬੱਚੇ ਪੈਦਾ ਹੋ ਰਹੇ ਨੇ ਅੱਜ ਵੀ ਜ਼ਿੰਦਗੀਆਂ ਰੂਮਕ ਰਹੀਆਂ ਨੇ ਜੇ ਖੁਦਾ ਨੇ ਉਹਨਾਂ ਨੂੰ ਐਲੀਮੀਨੇਟ ਕਰਨਾ ਹੁੰਦਾ ਉਹਨਾਂ ਦੇ ਘਰਾਂ 'ਚ ਬੱਚੇ ਉਹਨੇ ਬੰਦ ਹੋ ਜਾਣੇ ਸਨ ਕਾਹਨੇ ਸਮਝਿਆ ਉਹ ਪ੍ਰਤੀਪਾਲ ਰਿਆ ਆ ਗੁਰੂ ਬਾਬਾ ਜੀ ਨੇ ਸਾਨੂੰ ਸਹਿ ਹੋਂਦ ਸਹਿ ਰੋਂਦ ਸਖਾਈ ਸਿਖਾਈ ਸੀ ਜਿਹਨੂੰ ਅੱਜ ਅਸੀਂ ਆ ਇਸ ਡੈਮੋਕਰੈਟਿਕ ਵਰਲਡ ਦੇ ਵਿੱਚ ਕਹਿੰਦੇ ਆ ਸਾਨੂੰ ਟੋਲਰੈਂਸ ਨਹੀਂ ਆ ਰਹੀ ਸਾਨੂੰ ਹਾਲਾਂਕਿ ਵਰਡ ਜਿਹੜਾ ਬਹੁਤਾ ਪੋਜ਼ਿਟਿਵ ਨਹੀਂ 네ਗੇਟਿਵ ਵਰਡ ਆ ਮੈਂ ਹਮੇਸ਼ਾ ਬੇਨਤੀ ਕਰਦਾ ਟੋਲਰੈਂਸ ਤੇ ਹੁੰਦਾ ਵੀ ਬਰਦਾਸ਼ਤ ਕਰਨਾ ਨੋ ਵੀ ਸ਼ੁੱਡ ਰਿਸਪੈਕਟ ਈਚ ਅਦਰ ਲਵ ਈਚ ਅਦਰ ਇਹ ਕੀ ਮਾਇਨਾ ਹੋਇਆ ਇੱਕ ਘਰ ਦੀ ਤਰ੍ਹਾਂ ਦੇਖੋ ਜਿਵੇਂ ਪਹਿਲਾਂ ਬੇਨਤੀ ਕੀਤੀ ਸਾਰੇ ਇੱਕੋ ਸੋਚ ਦੇ ਧਾਰ ਨਹੀਂ ਥੋੜਾ ਹੋਣਗੇ ਕੋਈ ਕਲੇਸ਼ੀ ਵੀ ਹੋਏਗਾ ਕੋਈ ਘੱਟ ਸਮਝਦਾਰ ਕੋਈ ਵੱਧ ਸਮਝਦਾਰ ਹੋਏਗਾ ਤੇ ਇਹਦਾ ਮਤਲਬ ਇਹ ਥੋੜਾ ਕੋਈ ਘੱਟ ਸਮਝਦਾਰ ਹੈ ਤੇ ਉਹਦੀ ਉਸ ਨੂੰ ਜਿਉਣ ਦਾ ਹੀ ਹੱਕ ਨਹੀਂਗਾ ਲਿਵ ਐਂਡ ਲੈਟ ਲਿਵ ਦਾ ਕਨਸੈਪਟ ਕੀ ਹੋਇਆ ਫਿਰ ਜਿਉ ਤੇ ਜਿਉਣ ਦੇ ਦਿਓ ਦਾ ਕਨਸੈਪਟ ਕੀ ਹੋਇਆ ਕੁਦਰਤ ਆਪਣੇ ਨਿਯਮ ਵਿੱਚ ਕੰਮ ਕਰਦੀ ਧਾਰਮਿਕ ਬੰਦਾ ਆਪਣੀ ਦ੍ਰਿਸ਼ਟੀ ਵੱਡੀ ਕਰਦਾ ਉਹ ਫਿਰ ਸੱਚ ਹੈ ਸਿੱਖੀ ਨੇ ਸਾਨੂੰ ਫਿਰ ਅਰਦਾਸ ਸਿਖਾਈ ਹੈ ਅਰਦਾਸ ਸੰਪੂਰਨ ਉਦੋਂ ਹੀ ਹੋ ਸਕਦੀ ਹੈ ਜਦੋਂ ਤੁਹਾਡੇ ਮਨ ਵਿੱਚੋਂ ਇਹ ਆਵਾਜ਼ ਨਿਕਲੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਜੇ ਮੈਂ ਜੱਜ ਕਰਕੇ ਕਹਾਂਗਾ ਵੀ ਰੱਬ ਜੀ ਪਤਾ ਕੀ ਕਰੀ ਅਈਦਾ ਤੇ ਭਲਾ ਕਰਦੀ ਪਰ ਇਹਦਾ ਨਾ ਕਰੀ ਨੋ ਨੋ ਨਾ ਇਹ ਬਿਲਕੁਲ ਠੀਕ ਨਹੀਂ ਹੈ ਰੱਬ ਜੀ ਮੇਰੀ ਤੇ ਗੱਲ ਸੁਣ ਲਈ ਪੂਰੀ ਪਰ ਇਹ ਦੀ ਨਾ ਸੁਣੀ ਇਹ ਠੀਕ ਨਹੀਂ ਆ ਬਾਬਾ ਜੀ ਕਹਿੰਦੇ ਤੂੰ ਕੌਣ ਹੋਣਾ ਭਾਈ ਉਹ ਕਰੀਮ ਆ ਉਹ ਤਰਸ ਕਰਨ ਵਾਲਾ ਆ ਹਾਂ ਸਿੱਖਣਾ ਆ ਸਿੱਖਾ ਸਿਖਾਉਣਾ ਆ ਇਹ ਫਰਜ਼ ਹੈ ਸਾਡਾ ਆਪ ਜਪੈ ਅਬਰੇ ਨਾਮ ਜਪਾਏ ਆਪ ਜਪ ਕੇ ਜਪਾਉਣਾ ਆਪ ਹੋਦ ਹੋ ਸਹੀ ਰੂਪ ਵਿੱਚ ਆਪਣੀ ਹੋਣੀ ਨੂੰ ਸਥਾਪਿਤ ਕਰਨਾ ਦੂਜੇ ਨੂੰ ਜੀ ਕੇ ਵਿਖਾਣਾ ਇਹ ਹੈ ਬਾਬਾ ਜੀ ਨੇ ਬਚਨ ਕਿਹਾ ਸਰਬ ਪ੍ਰਤਿਪਾਲਕ ਰਹੀਮ ਉਹ ਰਹਿਮ ਕਰਨ ਵਾਲਾ ਸਭ ਦੀ ਪ੍ਰਤਿਪਾਲਨਾ ਕਰ ਰਿਹਾ ਹੈ ਅੱਲਾ ਅਲਖ ਆਪਾਰ ਕਿੱਥੇ ਆ ਰੱਬ ਕਹਿੰਦਾ ਨਹੀਂ ਕਹਿੰਦਾ ਐਨੀਬਾਡੀ ਸ਼ੋ ਮੀ ਵੇਅਰ ਇਜ਼ ਗੋਡ ਬਾਬਾ ਜੀ ਕਹਿੰਦੇ ਅਲਖ ਇੰਨਾਂ ਅੱਖਾਂ ਨਾਲ ਕਿਸੇ ਨੇ ਨਹੀਂ ਵੇਖਿਆ ਅੱਲਾ ਅਲਾਹੀਏ ਲਾ ਮਿਸਾਲ ਹੈ ਅਸੀਂ ਉਹਦੇ ਲਈ ਕੋਈ ਦ੍ਰਿਸ਼ਟਾਂਤ ਨਹੀਂ ਦੇ ਸਕਦੇ ਤੇ ਜਿਨ੍ਹਾਂ ਨੇ ਇਹ ਇਹੋ ਜਿਹੇ ਬਚਨ ਸਮਝੇ ਕਹੇ ਵੀ ਉਹ ਵੀ ਕਈ ਵਾਰੀ ਇਸ ਰੂਪ ਵਿੱਚ ਨਾ ਪਕੜ ਪਾਏ ਕਿ ਅੱਲਾਹ ਅਲਖ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਖੁਦ ਖੁਦਾਏ ਅੱਛਾ ਖੁਦਾ ਕਦੋਂ ਬਣਿਆ ਸੀਗਾ ਖੁਦਾ ਨੂੰ ਕਿਨੇ ਬਣਾਇਆ ਸੀਗਾ ਬਾਬਾ ਜੀ ਨੇ ਕਿਹਾ ਸੈ ਭੰਗ ਸਵੈਮ ਭੂ ਸੁਤੇ ਸਿੱਧ ਪ੍ਰਕਾਸ਼ਿਤ ਸੈਲਫ ਇਲੂਮੀਨੇਟਿਡ ਕਿਆ ਖੁਦ ਖੁਦਾਏ ਖੁਦਾ ਖੁਦ ਤੋਂ ਹੈ ਉਸ ਨੂੰ ਸਾਡੀ ਦੇ ਪਾਇਆ ਇਹ ਹੈ ਮਾਫੀ ਮੰਗਾਗਾ ਅੱਜ ਮੈਂ ਆਪਣੀ ਇਸ ਜ਼ਿੰਦਗੀ ਨੂੰ ਰਿਵਰਸ ਕਰਕੇ ਰਿਵਰਸ ਸਾਇੰਸ ਕਹਿੰਦੇ ਨਾ ਸੀ ਉਸ ਨੂੰ ਉਹਦੇ ذریعے ਨੂੰ ਸਮਝਣ ਦੀ ਐਫਰਟ ਪਾਵਾਂ ਨਾ ਦਾ ਰੈਸਟ ਆਫ ਲਾਈਫ ਆ ਵਿਲ ਕੀਪ ਓਨ ਸਟੱਡਿੰਗ ਮਾਈ ਜੀਨਸ ਮਾਈ ਐਟਲੀ एवरीथिंग ਵਿਚ ਆ ਵਟ ਏਵਰ ਆਮ ਐਚਲੀ ਕੈਰੀਂਗ ਇਨ ਥਿਸ ਸਟਰਕਚਰ ਐਂਡ ਆਲਸੋ ਵਟ ਏਵਰ ਇਜ਼ ਕਮਿੰਗ ਇਨ ਮਾਈ ਮਾਈਂਡ i won't be able to understand 100% about myself menu apna hi kuch nahi pata lagna main hor te roop nu ki manzar karanga ede utte chalo mujadne war ke bande te bade daave karnge menu pata bada gyan hai bahut sara jinna nu gyan hai o e khende guru arjan sahab da shabd kinni wari padhya maharaj bayan karde ਕਿ ਕੋਟ ਬ੍ਰਹਮੰਡ ਕੁਸ਼ ঠাকুর ਸਵਾਮੀ ਸਰਬ ਜੀਆਂ ਦਾ ਦਾਤਾ ਰਹਿ ਪ੍ਰਤਪਾਲਨਿਤ ਸਾਰ ਸਮਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰਹਿ ਮੈਂ ਮੂਰਖ ਕੀ ਕੇਤਕ ਬਾਤ ਹੈ ਬਾਬਾ ਜੀ ਜਿਹੜੇ ਸਿਆਣਪ ਦਾ ਮੁਜੱਸਮ ਨੇ ਤੇ ਮੁਜਦਨੇ ਵਰਗੇ ਲੋਕ ਜਿਹੜੇ ਕਹਿੰਦੇ ਵੀ ਨਹੀਂ 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 ਮੈਂ ਤੇ ਮੈਨੂੰ ਤਾਂ ਬੜੀ ਅਕਲ ਸਿਆਣਾ ਪਿਆ ਈਵਨ ਸਾਇੰਟਿਫਿਕ ਵਰਲਡ ਦੇ ਵਿੱਚ ਵੀ ਜਿਨ੍ਹਾਂ ਲੋਕਾਂ ਨੇ ਕੁਝ ਰਿਸਰਚ ਕੀਤੀ ਜਿਨ੍ਹਾਂ ਲੋਕਾਂ ਨੇ ਕੋਈ ਡਿਸਕਵਰ ਕੀਤਾ ਜਿਹੜੇ ਲੋਕ ਬੜੇ ਡੀਪ ਲੈਵਲ ਤੇ ਇਹਦੇ ਪਦਾਰਥਕ ਪੱਧਰ ਤੇ ਮਟੀਰੀਅਲਿਸਟਿਕ ਲੈਵਲ ਤੇ ਐਜੂਕੇਟ ਹੋਏ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ ਵੀ ਵੇਅਰ డు ਯੂ ਸੀ ਯੋਰself ਹਾਊ ਮਾਚ ਹੈਵ ਯੂ ਡਿਸਕਵਰਡ ਅੰਟਿਲ ਨਾਓ ਹੁਕਿੰਦਾ ਵਾਟ ਆਰ ਯੂ ਸੇਇੰਗ ਹਾਲਤ ਇਹ ਬੰਦਾ ਆ ਸਮੁੰਦਰ ਦੇ ਕੰਢੇ ਖੜਾ ਕਰ ਦਿਓ ਅੱਖ ਦੀ ਸੀਮਾ ਆ ਲੱਗਦਾ ਆ ਬਹੁਤ ਕੁਝ ਦੇਖ ਰਿਹਾ ਕੁਝ ਵੀ ਨਹੀਂ ਦੇਖ ਰਿਹਾ ਕੁਛ ਵੀ ਨਹੀਂ ਪਤਾ ਲੱਗ ਰਿਹਾ ਤੇ ਸਮੁੰਦਰ ਤੇ ਫਿਰ ਉਹਦੇ ਵਾਵ ਲੇਵੇ ਦਾ ਪਤਾ ਆ ਜਿਸ ਯੂਨੀਵਰਸ ਦੀ ਗੱਲ ਕਰਾਂ ਤੇ ਕੀ 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 ਕਹਾਂਗਾ ਮੈਂ ਕੁਛ ਵੀ ਨਹੀਂ ਮੈਂ ਤਾਂ ਕੇਵਰ ਬੇਨਤੀ ਕਰਦਾ ਜਿੱਦਨ ਕੋਈ ਬੰਦੇ ਦਾ ਅਹੰਕਾਰ ਬੜਾ ਫੁੱਲ ਜਾਏ ਨਾ ਬੜਾ ਵੱਡਾ ਹੋਏ ਕਹੇ ਵੀ ਮੈਂ ਬੜੀ ਤੋਪ ਆ ਮੈਂ ਬੜੀ ਬਲਾ ਆ ਤੇ ਫਿਰ ਸਿੰਪਲ ਜੀ ਕੋਈ ਜਿਹੜੀਆਂ ਜੀਓਗ੍ਰਾਫੀ ਵਗੈਰਾ ਦੀਆਂ ਬੁੱਕਸ ਹੁੰਦੀਆਂ ਨੇ ਇੱਕ ਦੀ ਬੁੱਕ ਛੋਟੀ ਜਿਹੀ ਲੈ ਕੇ ਬਸ ਉਹਦੀ ਇੰਟਰੋਡਕਸ਼ਨ ਜੀ ਪੜ ਲਵੇ ਕਿ ਆ ਜਿਹੜੇ ਸਾਰਾ ਪੁਲਾੜੀ ਦੁਨੀਆ ਆ ਪਤਾ ਲੱਗੇਗਾਡੇ ਵੱਡੇ ਯੂਨੀਵਰਸ ਦੇ ਵਿੱਚ ਇੱਕ ਛੋਟਾ ਜਿਹਾ ਛੋਟੀ ਜੀ ਗੈਲੈਕਸੀਆ ਵੈਰੀ ਯੂ ਕੈਨ ਸੇ ਟਾਈਨੀ ਸਪੈਕ ਮਿਲਕੀ ਮਿਲਕੀ ਵੇਜ ਨੂੰ ਕਹਿੰਦੇ ਨੇ ਉਹ ਚ ਬੜੇ ਬੜੇ ਵੱਡੇ ਤਾਰੇ ਸਿਆਰੇ ਸਭ ਕੁਛ ਆ ਉਹ ਚਕ ਬਹੁਤ ਛੋਟਾ ਜਿਹਾ ਜਿਹੜਾ ਸ਼ਾਇਦ ਉਸ ਮਿਲਕੀ ਵਿੱਚ ਟਿਮਟਿਮਾਉਂਦਾ ਵੀ ਨਜ਼ਰ ਨਹੀਂ ਪੈਂਦਾ ਸੂਰਜ ਉਹਦੇ ਆਲੇ ਦੁਆਲੇ ਬੜੇ ਛੋਟੇ ਛੋਟੇ ਕਈ ਤਰ੍ਹਾਂ ਦੇ ਗ੍ਰਹਿ ਨੇ ਤੇ ਸਭ ਤੋਂ ਛੋਟਾ ਉਹਦਾ ਇੱਕ ਪਲੈਨੇਟ ਹੈ ਗ੍ਰਹਿ ਉਹਦੇ ਦੁਆਲੇ ਘੇੜੇ ਦੇਣ ਵਾਲਾ ਧਰਤੀ ਉਹ ਧਰਤੀ ਦੇ ਉੱਤੇ ਮਤਲਬ ਬੜੇ ਬੜੇ ਵੱਡੇ ਮੁਲਖ ਨੇ ਤੂੰ ਉਹਦੇ ਚ ਇੱਕ ਛੋਟਾ ਜਿਹਾ ਕੋਈ ਕੰਟਰੀ ਕੋਈ ਮੁਲਖ ਮੇਰਾ ਉਹਦੇ ਚ ਬਹੁਤ ਵੱਡੇ ਵੱਡੇ ਸ਼ਹਿਰ ਤੇ ਇੱਕ ਛੋਟਾ ਜਿਹਾ ਸ਼ਹਿਰ ਮੇਰਾ ਉਹ ਸ਼ਹਿਰ ਚ ਇੱਕ ਛੋਟਾ ਜਿਹਾ ਮਹੱਲਾ ਉਸ ਮਹੱਲੇ ਚ ਘਰ ਸ਼ਾਇਦ ਕਿਤੇ ਨਜ਼ਰ ਵੀ ਨਹੀਂ ਪੈਣਾ ਉਸ ਘਰ ਦੇ ਵਿੱਚ 5-7 ਜੀ ਤੇ ਚ 5-7ਾਂ ਚ ਇੱਕ ਮੈਂ ਹਾਂ ਯਾ ਯਰ 8 ਅਰਬ ਦੁਨੀਆ ਤੇ ਇਹਦੇ ਚ ਇੱਕ ਛੋਟਾ ਜਿਹਾ ਮੈਂ ਇਸ ਰੂਪ ਦੇ ਚ ਹਉ ਮੈਂ ਥੋੜੀ ਘਟ ਜੇਗੀ ਪਤਾ ਲੱਗਾ ਜਮੀਨ ਤੇ ਆ ਜਾ ਅਦਰਵਾਈਜ਼ ਮਨੁੱਖੀ ਮਨ ਪਤਾ ਨਹੀਂ ਕੀ ਖੁਸ਼ ਕਿੱਥੇ ਆ ਰੱਬ ਭਲਿਆ ਕੋਂ ਕਿਉਂ ਇਸ ਰੂਪ ਦੇ ਵਿੱਚ ਬਾਬਾ ਜੀ ਕਹਿੰਦੇ ਤੈਨੂੰ ਤੇ ਆਪਣੀ ਖੁਦੀ ਦਾ ਨਹੀਂ ਪਤਾ ਤੂੰ ਖੁਦਾ ਬਾਰੇ ਪੁੱਛ ਰਿਹਾ ਬਚਨਿਆਂ ਖੁਦ ਖੁਦਾਏ ਵੱਡ ਬੇਸ਼ੁਮਾਰ ਵੱਡਿਆਂ ਨੇ ਬਾਤ ਕੀਤੀ ਵੱਡਿਆਂ ਨੇ ਕਹਿਤਾ ਵੱਡਾ ਆਓ ਬਸ ਬਹੁਤ ਆਓ ਗੁਰੂ ਨਾਨਕ ਸਾਹਿਬ ਨੇ ਕਿਹਾ ਮਹਾਰਾਜ ਕਹਿੰਦੇ ਕੀ ਆਹ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕੀ ਕਵਾਂਗਾ ਉਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਗੁਰੂ ਨਾਨਕ ਸਾਹਿਬ ਤੁਸੀਂ ਇਹ ਗੱਲ ਕਹਿਤੀ ਮੁਜਦਨੇਵਰ ਕੇ ਬੰਦੇ ਨੇ ਕੀ ਕਹਿਣਾ ਆ ਠੀਕ ਹੈ ਮਾਲਕ ਠੀਕ ਹੈ ਜੋ ਤੁਸੀਂ ਕਿਹਾ ਇਹ ਅਲਾਹੀ ਹੈ ਬਚਨ ਆਇਆ ਖੁਦ ਖੁਦਾਏ ਵਡ ਬੇਸ਼ੁਮਾਰ ਅਗਲਾ ਬਚਨ ਆ ਜਗਨਨਾਥ ਜਗਜੀਵਨ ਮਾਧੋ ਮਾਧੋ ਆ ਮਾਧਵੀ ਦੇ ਪਤੀ ਨੂੰ ਕਹਦਾ ਮਾਧਵੀ ਮਾਇਆ ਆ ਸ਼ਾਸਤਰਾਂ ਦੀ ਬਿਆਨ ਕੀਤੀ ਗਈ ਮਾਧਵੀ ਦਾ ਪਤੀ ਮਾਧੋ ਲਕਬਾਇਆ ਜਗਨਨਾਥ ਸਾਰੇ ਇਹ ਰੱਬ ਦੇ ਨਾਮ ਨੇ ਜਿਹੜੇ ਸਾਰੇ ਸਾਊਥ-ਈਸ਼ੀਆ ਵਰਲਡਵਾਈਡ ਲੋਕ ਯੂਜ਼ ਕਰਦੇ ਨੇ ਬਾਬਾ ਜੀ ਕਹਿੰਦੇ ਉਸ ਇਲਾਹੀ ਨੂੰ ਸਮਝ ਆਪਣਾ ਜੀਵਨ ਸਵਾਰ ਜਗਤ ਦਾ ਨਾਮ ਹੈ ਜਗਤ ਦਾ ਜੀਵਨ ਹੈ ਮਾਧੋ ਮਾਧਵੀ ਦਾ ਪਤੀ ਹੈ ਪਉ ਪੰਜਨ ਰਿਧਮਾ ਹੈ ਆਰਾਧੋ ਸਾਰੇ ਡਰਾਂ ਨੂੰ ਦੂਰ ਕਰਨ ਵਾਲੇ ਨੂੰ ਹਿਰਦੇ ਚ ਆਰਾਧ ਆਪਣੇ ਆਪ ਦੇ ਚ ਆਰਾਧਨ ਦਾ ਮਤਲਬ ਇਹ ਹੁੰਦਾ ਹੈ ਕਿਸੇ ਚੀਜ਼ ਨੂੰ ਸਪੋਜ਼ ਕਰੋ ਕਿ ਵੈਸੇ ਉਪਰ ਉਪਰ ਆ ਜ ਮੈਂ ਕਿਸੇ ਨੂੰ ਕਹਾਂ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਬੜੀ ਮੈਂ ਇਜਤਮਾਨ ਕਰਦਾ ਆ ਤੇ ਕਿਤੇ ਮੱਢੀ ਦੀ ਗੱਲ ਹੁੰਦੀ ਤੇ ਆਪੇ ਤੋਂ ਬਾਹਰ ਹੋ ਕੇ ਕਹਿੰਦਾ ਵੀ ਖਬਰਦਾਰ ਤੂੰ ਐਵੇਂ ਗੱਲ ਕਿਵੇਂ ਕਹੀ ਉਹਨੇ ਭਲਿਆ ਕਹਿ ਕਈ ਕੁਛ ਨਹੀਂ بس ਇਹਨਾਂ ਪਤਾ ਲੱਗਿਆ ਵੀ ਇੱਜ਼ਤ ਕਿੰਨੀ ਕਰਦਾ ਤੂੰ ਇਹੀ ਹੁੰਦਾ ਹੈ ਲੱਗਦਾ ਹੀ ਆ ਬੰਦੇ ਨੇ ਲੱਗਾ ਮੈਂ ਐਕਚੁਅਲੀ ਸਿਚੁਏਸ਼ਨ 'ਚ ਪਾ ਕੇ ਦੇਖੋ ਤੁਸੀਂ ਸਿਚੁਏਸ਼ਨ 'ਚ ਪਾਉਂਦਿਆਂ ਨਾਲ ਪਤਾ ਲੱਗਦਾ ਵੀ ਇੱਥੇ ਹੈ ਕੀ ਹੈ ਸਾਹਿਬ ਨੇ ਇੱਥੇ ਬਿਆਨ ਕੀਤਾ ਆਰਾਧੋ ਆਰਾਧੋ ਦਾ ਮਤਲਬ ਹੈ ਉਹਦੇ ਸੂਹਜ ਵਿੱਚ ਉਹਦੇ ਖਿਆਲਾਂ 'ਚ ਆਪਣੀ ਸੁਰਤ ਨੂੰ ਬਿਲਕੁਲ ਉਤਾਰ ਦਿਓ ਇੱਥੇ ਜਾ ਕੇ ਫਿਰ ਹੁਕਮ ਰਜ਼ਾਈ ਚੱਲਣ ਦਾ ਕਨਸੈਪਟ ਆ ਜਾਂਦਾ ਹੈ। ਅਗਲਾ ਬਚਨ ਹੈ ਰਿਖੀ ਕੇਸ ਗੋਪਾਲ ਗੋਵਿੰਦ। ਪੂਰਾ ਸ਼ਹਿਰ ਦਾ ਨਾਂ ਰੱਖਿਆ ਸਾਡੇ ਉੱਤੇ ਦੇਸ਼ ਦੇ ਵਿੱਚ। ਰਿਖੀ ਕੇਸ। ਮਤਲਬ ਜਿਹਦਾ ਜਿੱਦਿਆਂ ਸਾਰੀਆਂ ਇੰਦਰੀਆਂ ਉਸ ਰੂਪੇ ਤਾਕਤ ਜਿਹੜੀ ਮਿਲ ਰਹੀ ਹੈ ਉਹਦੀ ਉਹਦੀ ਬਾਤ ਕੀਤੀ ਜਾ ਰਹੀ ਹੈ। ਗੋਪਾਲ ਗੋਵਿੰਦ। ਗੋਪਾਲ ਵੀ ਨਾਂ ਆਇਆ ਗੋਵਿੰਦ ਵੀ ਨਾਂ ਆਇਆ। ਪੂਰਨ ਸਰਬਤਰ ਮੁਕੰਦ। ਮੁਕੰਦ ਕਹਿੰਦੇ ਮੁਕਤੀ ਦੇਣ ਵਾਲੇ ਨੇ। ਉਹ ਸੰਪੂਰਨ ਜਿਹੜਾ ਸਰਬਤਰ ਫਿਰ ਓਮਨੀ ਪ੍ਰੈਜ਼ੈਂਟ ਆ ਮੁਕੰਦ ਸਾਡੀ ਸਲਵੇਸ਼ਨ ਜਿਹਦੇ ਜਿਹਦੇ ਜ਼ਰੀਏ ਜਿਹਦੇ ਨਾਮ ਦੇ ਜ਼ਰੀਏ ਹੋ ਸਕਦੀ ਮਿਹਰਬਾਨ ਮੌਲਾ ਤੂੰ ਹੀ ਏਕ ਮੌਲਾ ਸੂਫੀਆਂ ਨੇ ਬੜਾ ਪੁਕਾਰਿਆ ਮੌਲਾ ਮੌਲਾ ਕਹਿ ਕੇ ਉਸ ਨੂੰ ਕਿਉਂਕਿ ਜਿਹਦੇ ਕਰਕੇ ਸਾਰੀ ਕਾਇਨਾਤ ਮੌਲ ਰਹੀ ਹੈ ਜਿਵੇਂ ਹਰ ਕੈਨ ਨਾ ਹਰ ਹਰ ਮੀਨ ਜੀ ਦੀ ਹਰਿਆਵਲ ਆ ਜਿਹਦੀ ਕਰਕੇ ਸਭ ਕੁਝ ਜ਼ਰਖੇਜ਼ ਆ ਉਸ ਕਰਕੇ ਉਹ ਮੌਲਾ ਆ ਬਚਨ ਆਇਆ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ ਪੀਰਾ ਪਗੰਬਰਾ ਸ਼ੇਖ ਜਿਨਨੇ ਉਸ ਦੁਨੀਆ ਦੇ ਵਿੱਚ ਸਿਆਣਪ ਦੇ ਮੁਜਸਮ ਵਿੱਚ ਆਏ ਉਹਨਾਂ ਵਿੱਚ ਵੀ ਉਦੀ ਹੀ ਸੁਰਤ ਉਹੀ ਰਵਦਾ ਆ ਫਿਰ ਕਿਹਾ ਦਿਲਾਂ ਦਾ ਮਾਲਕ ਕਰੇ ਹਾਕ ਹਾਕ ਵੈਸੇ ਇਹ ਲਫ਼ਜ਼ ਜਿਹੜਾ ਜੇ ਤੇ ਬਾਂਗਰੂ ਚੋਂ ਪੜੋਗੇ ਤੇ ਬਾਂਗਰੂ ਦਾ ਇਚ ਹੁੰਦਾ ਵੀ ਅਰੇ ਹਾਕ ਮਾਰੀ ਉਸਨਾਂ ਥੋੜੀ ਸੀ ਐਵੇਂ ਐਵੇਂ ਕਹਿੰਦੇ ਨੇ ਹਾਕ ਮਿੰ ਆਵਾਜ਼ ਦੇਣੀ ਕਿਸੇ ਚੀਜ਼ ਨੂੰ ਜਾਂ ਕਈ ਵਾਰ ਹੁੰਦਾ ਹੈ ਹੱਕਣਾ ਵੀ ਲਫ਼ਜ਼ ਹੈ ਸਾਡੇ ਇੱਥੇ ਹੱਕਣਾ ਹੁੰਦਾ ਕਿਸੇ ਚੀਜ਼ ਨੂੰ ਤੋੜਨਾ ਪਰ ਇੱਥੇ ਹਾਕ ਦਾ ਮਤਲਬ ਹੈ ਹੱਕ ਹਕੂਕ ਦੀ ਗੱਲ ਕਰਨੀ ਨਿਆਂ ਦੀ ਗੱਲ ਕਰਨੀ ਜਸਟਿਸ ਬਚਨ ਆਇਆ ਦਿਲਾਂ ਦਾ ਮਾਲਕ ਕਰੇ ਹਾਕ ਜਦੋਂ ਕਿਤੇ ਸਾਨੂੰ ਥੋੜਾ ਜਿਹਾ ਮਤਲਬ ਲੱਗੇ ਨਾ ਵੀ ਇਹ ਠੀਕ ਨਹੀਂ ਹੋਇਆ ਸਾਡਾ ਦਿਲ ਜਿਹੜਾ ਨਾ ਉਹ ਇੱਕਦਮ ਕੁਰਲਾਉਟਦਾ ਐਵੇਂ ਨਹੀਂ ਹੋਣਾ ਚਾਹੀਦਾ ਮਬਈਨ ਕਬਰਾਨਾ ਦਿਲਾਂ ਦਾ ਮਾਲਕ ਦਿਲਾਂ ਵਿੱਚ ਹੀ ਬੈਠਾ ਆ ਸਭ ਹੱਕ ਦੀ ਕਰਦਾ ਹੋ حق حقوق ਉਹਨੂੰ ਉਸ ਤੋਂ ਕੁਝ ਵੀ ਲੁਕਿਆ ਨਹੀਂਗਾ ਦਿਲਾਂ ਦਾ مالک ਕਰੇ ਹਾਕ ਕੁਰਾਨ ਕਤੇਬ ਤੇ پاک ਬੜੀ ਵੱਡੀ ਗੱਲ ਕੀਤੀ ਗੁਰੂ ਬਾਬਾ ਜੀ ਨੇ ਕੁਰਾਨ ਕਤੇਬ ਤੇ پاک ਧਾਰਮਿਕ ਗ੍ਰੰਥ ਕਹਿੰਦੇ ਬੜੇ ਵੱਡੇ ਹੁੰਦੇ ਨੇ ਬਾਬਾ ਜੀ ਕਹਿੰਦੇ ਜਿਹਦੇ صدقہ ਆਉਂਦੇ ਨੇ ਉਸ ਤੋਂ ਕਿਤੇ ਵੱਡਾ ਹੁੰਦਾ ਉਹ ਇਸ ਕਰਕੇ ਵੱਡੇ ਦੇ ਨਾਮ ਦੇ ਨਾਲ ਜੁੜਦਿਆਂ ਹੋਇਆਂ ਜਿਹਦੀ ਕੋਈ ਧਾਰਮਿਕ ਲਿਖਾਵਟ ਕਿਤਾਬ ਰਚਨਾ ਸਕ੍ਰਿਪਚਰ ਕੋਈ ਵੀ ਹੈ ਬਈ ਵੱਧ ਵਧਿਆ ਸਤਕਾਰ ਕਰੋ ਅਦਬ ਕਰੋ ਪਰ ਇਹ ਮੰਨ ਕੇ ਚੱਲੋ ਕਿ ਜਿਹਦਾ ਉਹ ਜ਼ਿਕਰ ਕਰ ਰਹੀ ਹੈ ਉਹਦਾ ਅਹਿਸਾਸ ਸੁਰਸਤੇ ਚ ਰਹਿਣਾ ਚਾਹੀਦਾ ਹੈ ਐਸਾ ਨਾ ਹੋਏ ਧਾਰਮਿਕ ਕਿਤਾਬਾਂ ਪੜ੍ਹਦਿਆਂ ਪੜਾਉਂਦਿਆਂ ਹੀ ਉਹਦੇ ਹੁਕਮ ਨੂੰ ਮੰਨਣ ਤੋਂ ਨਾਬਰ ਹੋ ਜਾਓ ਤੇ ਉਹਦੀ ਬਣਾਈ ਹੋਈ ਕਾਇਨਾਤ ਉਹਦੀ ਬਣਾਈ ਹੋਈ ਦੁਨੀਆ ਉਹਦੇ ਖਿਲਾਫ ਕਿਸੇ ਤਰੂਪ ਦੇ ਚ ਜ਼ੁਲਮ ਕਰਨ ਲੱਗ ਜਾਓ ਮਾੜਾ ਕਰਨ ਲੱਗ ਜਾਓ ਜੋ ਹੁੰਦਾ ਧਾਰਮਿਕ ਫੈਨੇਟਿਕਿਜ਼ਮ ਦੇ ਚਾਏ ਹੋਏ ਲੋਕੀ ਕੁਛ ਨਹੀਂ ਕਰ ਗੁਜ਼ਰਦੇ ਆ ਸ਼ਬਦ ਨੂੰ ਪੜ੍ਹ ਕੇ ਬਿਲਕੁਲ ਪਤਾ ਲੱਗ ਜੇਗਾ ਜਿਹਨੂੰ ਸੈਕੂਲਰ ਸੁਸਾਇਟੀ ਅਸੀਂ ਕਹਿ ਰਹੇ ਨਾ ਅੱਜ ਗੁਰੂ ਬਾਬਾ ਜੀ ਦੇਖੋ ਸੈਂਕੜੇ ਬਰੇ ਪਹਿਲਾਂ ਕੀ ਬਾਤ ਕਰ ਰਹੇ ਨੇ ਮਹਾਰਾਜ ਕਹਿੰਦੇ ਝਗੜਨਾ ਕਿਸ ਗੱਲ ਤੋਂ ਭਾਈ ਇੱਥੇ ਸੰਸਾਰ ਜਿਹੜਾ ਅਮਲਾਂ ਦੀ ਖੇਡ ਆ ਅਮਲ ਦਰਿਆਫਤ ਨੇ ਇੱਥੇ ਰੱਬ ਦੇ ਨਾਮ ਤੇ ਮੁਫਾਦ ਨਹੀਂ ਇੱਥੇ ਇੱਥੇ ਅਮਲ ਤੇ ਮੁਫਾਦ ਹੋਏ ਉਪਾਮੇ ਕੋਈ ਵੀ ਹੈ ਉਹ ਮਾੜਾ ਆਮਲ ਕਰੇ ਮਾੜੇ ਨੂੰ ਮਾੜਾ ਕਹੋ ਸਹੀ ਨੂੰ ਸਹੀ ਕਹੋ ਜੀਵਨ ਐਵੇਂ ਚਲਾਓ ਬੱਚਨੇ ਤੇ ਆਇਆ ਕੁਰਾਨ ਕਤੇਬ ਤੇ ਪਾਕ ਨਾਰਾਇਣ ਨਰ ਹਰ ਦਇਾਲ ਉਹ ਨਾਰਾਇਣ ਜੋ ਨਰ ਹਰ ਨਰ ਹਰੀ ਹੈ ਮਨੁੱਖਾਂ ਦੇ ਵਿੱਚ ਰਹਿ ਕੇ ਮਨੁੱਖਾਂ ਨੂੰ ਸਰਉਪਰੀ ਕਰ ਰਿਹਾ ਹੈ ਦਇਾਲ ਤਰਸ ਕਰਨ ਵਾਲਾ ਰਮਤ RAM ਘਟ ਘਟ ਆਧਾਰ ਰਮਿਆ ਹੋਇਆ ਸਭ ਦੇ ਵਿੱਚ ਘਟ ਘਟ ਆਧਾਰ ਹਰ ਜੀਵਨ ਨੂੰ ਉਹ ਆ ਇੱਕ ਤਰ੍ਹਾਂ ਦੇ ਨਾਲ ਜਉਣ ਦੀ ਆਭਾ ਬਖਸ਼ ਰਿਹਾ ਹੈ ਬਾਸੂਦੇਵ ਬਸਤ ਸਭ ਠਾਏ ਫਿਰੋਦਾ ਨਾਮ ਆ ਬਾਸੂਦੇਵ ਬਸਤ ਸਭ ਠਾਏ ਸਭ ਜਗ੍ਹਾ ਤੇ ਵਸਰੇ ਲੀਲਾ ਕਿਛ ਲਕੀ ਨਾ ਜਾਏ ਉਹਦੀ ਲੀਲਾ ਅਸੀਂ ਪੂਰੀ ਤਰ੍ਹਾਂ ਬਿਆਨ ਵੀ ਨਹੀਂ ਕਰ ਸਕਦੇ ਮਿਹਰ ਦਇਆ ਕਰ ਕਰਨਾ ਹੈ ਹਾਰ ਅਰਦਾਸ ਹੈ ਮਾਲਕ ਤਰਸ ਕਰੀ ਮੇਰੇ ਤੇ ਵੀ ਮਿਹਰ ਕਰੀ ਭਗਤ ਬੰਦਗੀ ਦੇ ਸਿਰਜਨਹਾਰ ਦੋਨੋਂ ਲਫ਼ਜ਼ ਯੂਜ਼ ਕਰਦੇ ਉਸ ਸਮੇਂ ਦੋ ਹੀ ਤਬਕੇ ਲੜ ਰਹੇ ਸੀਗੇ ਇੱਕ ਕਹ ਰਿਹਾ ਸੀਗਾ ਮੈਂ ਦੇਵਨਾਗਰੀ ਦੂਜਾ ਕਹਿੰਦਾ ਸੀ ਮੈਂ ਅਰਬੀ ਫਾਰਸੀ ਆਹੀ ਲੜਾਈ ਸੀਗੀ ਦੋਨਾਂ ਦੀ ਬਾਬਾ ਜੀ ਨੇ ਦੋਨੇ ਵਰਡ ਯੂਜ਼ ਕੀਤੇ ਦੇਵਨਾਗਰੀ ਦੇ ਵਿੱਚੋਂ ਭਗਤੀ ਤੇ ਬੰਦਗੀ ਫਾਰਸੀ ਤਰਬੀ ਵਿੱਚੋਂ ਸਾਹਿਬ ਕਹਿੰਦੇ ਜੇ ਮਾਇਨਾ ਇੱਕ ਆ ਤੇ ਫਿਰ ਇਹ ਦੋਨੋਂ ਹੀ ਲਫ਼ਜ਼ ਕਹਿ ਕੇ ਦੁਆ ਕਰਿਆ ਕਰ ਪ੍ਰਾਰਥਨਾ ਕਰਿਆ ਕਰ ਭਗਤ ਬੰਦਗੀ ਦੇ ਸਿਰਜਨ ਹਾਰ ਕਹੋ ਨਾਨਕ ਗੁਰ ਖੋਏ ਪਰਮ ਗੁਰੂ ਨੇ ਮੇਰੇ ਸਾਰੇ ਭਰਮ ਸਾਰੇ ਕਿਸਮ ਦੀ ਜਿਹੜੀ ਇਲਿਟਰੇਸ਼ਨ ਜੇ ਅੰਦਰ ਸੀ ਨਾ ਉਹ ਸਾਰੀ ਖਤਮ ਕਰ ਦਿੱਤੀ ਇੱਕੋ ਅੱਲਾ ਪਾਰ ਬ੍ਰਹਮ ਸਮਝ ਆ ਗਿਆ ਉਹੀ ਅੱਲਾ ਆ ਉਹੀ ਪਾਰ ਬ੍ਰਹਮ ਆ ਉਹੀ ਉਹ ਹੈ ਉਹੀ ਉਹ ਹੈ ਮੁਰਾਦੇ ਇਨਸਾਨੀ ਜ਼ਹਨੀयत ਦੇ ਵਿੱਚ ਰੱਬੀ ਤਸਵਰ ਨੂੰ ਅਪਣਾ ਕੇ ਬੰਦਾ ਆਪਣੇ ਜੀਵਨ ਦੀ ਸਹੀ ਉਸਾਰੀ ਕਰੇ ਸਭ ਰਹਿਮਤ ਕਰਨ ਐਸੇ ਇਲਾਹੀ ਵਿਰਸੇ ਦੀ ਵਿਰਾਸਤ ਦੀ ਸਾਡੀ ਮਲਕੀਅਤ ਹੈ ਅਸੀਂ ਉਹਨੂੰ ਸਮਝ ਸਕੀਏ ਅਪਣਾ ਸਕੀਏ ਤੇ ਮਨੁੱਖਤਾ ਵਾਸਤੇ ਚਾਨਣ ਮਨਾਰਾ ਬਣ ਸਕੇ ਸਾਡੀ ਸੋਸਾਇਟੀ that is our main duty and we should be actually uh, thinking towards that side ਇਸ ਰੂਪ ਦੇ ਵਿੱਚ ਇਨੀਆਂ ਗੁਬਨਤੀਆਂ ਨਾਲ ਲਿਖਿਮਾ ਇਹ ਤੁਸੀਂ ਮਾਪਣ ਕਰੀਏ ਆਵਾਜ਼ ਦੇ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ